ਸਰਬਜੋਤ ਸਿੰਘ ਨੇ ਮਨੂ ਭਾਕਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਜਾਣੋ ਕੌਣ ਹੈ ਸਰਬਜੋਤ ਸਿੰਘ। ਪੈਰਿਸ ਓਲੰਪਿਕ 2024 ਦੇ ਮਿਕਸ 10 ਮੀਟਰ ਏਅਰ ਪਿਸਟਲ ਦਾ ਕਾਂਸੀ ਤਗਮਾ ਮੈਚ ਪੂਰੇ ਭਾਰਤ ਲਈ ਯਾਦਗਾਰ ਬਣ ਗਿਆ। ਭਾਰਤ ਦੀ ਨੁਮਾਇੰਦਗੀ ਮਨੂ ਭਾਕਰ ਅਤੇ ਸਰਬਜੋਤ ਨੇ ਕੀਤੀ। ਮਨੂ ਭਾਕਰ ਅਤੇ ਸਰਬਜੋਤ ਨੇ ਮਿਲ ਕੇ ਮਿਕਸ 10 ਮੀਟਰ ਏਅਰ ਪਿਸਟਲ ਵਿੱਚ ਭਾਰਤ ਨੂੰ ਦੂਜਾ ਤਗਮਾ ਦਿਵਾਇਆ। ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਦਾ ਇਹ ਦੂਜਾ ਤਗਮਾ ਸੀ, ਜਦਕਿ ਸਰਬਜੋਤ ਸਿੰਘ ਦਾ ਇਹ ਪਹਿਲਾ ਤਗਮਾ ਸੀ। ਸਰਬਜੋਤ ਸਿੰਘ ਹਰਿਆਣੇ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਡੇਹਣ ਦਾ ਰਹਿਣ ਵਾਲਾ ਹੈ। ਉਸਦਾ ਜਨਮ 30 ਸਤੰਬਰ 2001 ਨੂੰ ਹੋਇਆ ਸੀ। ਉਸਦੇ ਪਿਤਾ ਜਤਿੰਦਰ ਸਿੰਘ ਇੱਕ ਕਿਸਾਨ ਹਨ ਅਤੇ ਉਸਦੀ ਮਾਤਾ ਹਰਦੀਪ ਕੌਰ ਇੱਕ ਘਰੇਲੂ ਔਰਤ ਹੈ। ਉਸਨੇ DAV ਕਾਲਜ ਸੈਕਟਰ 10 ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। 2023 ਵਿੱਚ ਉਸਨੇ ਪੰਜਾਬ ਯੂਨੀਵਰਸਿਟੀ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ਸਰਬਜੋਤ ਨੇ ਯੂਨੀਅਰ ਵਿਸ਼ਵ ਕੱਪ 2019 ਵਿੱਚ ਪਹਿਲਾਂ 3 ਤਗਮੇ ਜਿੱਤੇ ਸਨ, ਜਿਸ ਵਿੱਚ 2 ਚਾਂਦੀ ਦੇ 1 ਸੋਨੇ ਦਾ ਸ਼ਾਮਲ ਹੈ। ਇਸ ਤੋਂ ਬਾਅਦ ਸਰਬਜੋਤ ਸਿੰਘ ਦੀਆਂ ਜਿੱਤਾਂ ਦਾ ਦੌਰ ਅਜੇ ਤੱਕ ਜਾਰੀ ਹੈ। ਅੱਜ ਸਰਬਜੋਤ ਦੇ ਖਾਤੇ ਵਿੱਚ 13 ਮੈਡਲ ਹਨ, ਜਿਸ ਵਿੱਚ 7 ਸੋਨ, 3 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ 'ਚੋਂ 1 ਓਲੰਪਿਕ ਮੈਡਲ ਵੀ ਸ਼ਾਮਲ ਹੈ। ਇਸ ਸਭ ਕਾਂਸੇ ਦੌਰਾਨ PM ਨਰਿੰਦਰ ਮੋਦੀ ਨੇ ਵੀ ਸਰਬਜੋਤ ਸਿੰਘ ਨੂੰ ਤਗਮਾ ਜਿੱਤਣ 'ਤੇ ਵਧਾਈ ਦਿੱਤੀ।